ए मुझे जो बांछा था ना पीछे, अगर मैं अपनी भाषा से आज ही जुड़ा जी जी ਤਤਲੀ ਮਾਮਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਠੀਕ ਹੋ ਸਾਰੇ ਚਾਹ ਦੀ ਬਾਟੀ ਸਿੱਟ ਲਈ ਅੰਦਰ ਪਹਿਲਾਂ ਤੂੰ ਤੇ ਰਹੀ ਹੋਰ ਜਾ ਮੈਂ ਆਪਦੀ ਘੱਟ ਬਣਾਈ ਹੈ ਮਿੱਠਾ ਵਾਲਾ ਕੋਲ ਤਾਂ ਗ੍ਰੀਨ ਡੈਡੀ ਨੂੰ ਨੋ ਸਰਵਿਸ ਦਿਖਾ ਰਿਹਾ ਉਹ ਤੇ ਲਾ ਲਾ ਮੇਰੇ ਵਾਲੀ ਤੋਂ ਫੋਨ ਤੋਂ ਮਾਸਟਰ ਜੀ ਦੀ ਕਾਲ ਆਈ ਹੈ ਮਨਵੀਰ ਨੂੰ ਮਿਸ ਕਾਲ ਹੋ ਗਿਆ ਕੱਟ ਹਾਂ ਜੀ ਇਸ ਗਲਤੀ ਨਾਲ ਨਾ ਲੱਗ ਗਿਆ ਹੋਵੇ ਕਦੋਂ ਆਈ ਆ ਦੇਖ ਲੈ ਕੱਲ ਵਾਲੀ ਤਾਂ ਨਹੀਂ ਨਾ ਅੱਧੇ ਘੰਟੇ ਪਹਿਲਾਂ ਹੀ ਆਈ ਆ बाली फटकी चित्र पैन गए की पुठा काम करता ਮੈਂ ਕੁਝ ਕਰ ਰਿਹਾ ਹਾਂ ਫੋਨ ਲਾਈ ਬੈਠੀ ਸੀ ਕੰਮ ਨਹੀਂ ਕੀਤਾ ਸੀ ਤੇ ਗਾਲਾਂ ਪੈ ਗਈਆਂ ਜਿਹੜੀ ਆ ਚਾਹ ਹੁੰਦੀ ਹੈ ਨਾ ਮੈਂ ਪੀ ਕੇ ਦਿਖਾਵਾਂ ਸਭ ਕਰ ਦੂੰ ਰਿਮੀ ਦੀ ਦਾ ਸੂਟ ਆ ਵਾਈਸ ਵਾਲਾ ਸੂਟ ਆ ਰਿਮੀ ਦੀ ਦਾ ਸੂਟ ਬਣਾਉਣੇ ਆ ਸਾਡੇ ਰਿਸ਼ਤੇਦਾਰ ਤਾਂ ਆਵੇ ਨਹੀਂ ਕਾਹਲ ਕਰਦੇ ਛੇਤੀ ਬਣਾ ਦੋ ਸਾਡੀ ਦੋਤੀ ਦਾ ਬਣਾ ਕੇ ਦੇਣਾ ਬੇਬੀ ਪਿੰਕ ਨਾਲ ਉਹਨੇ ਆਫ ਵਾਈਟ ਕਿਹਾ ਹੈ ਮੈਨੂੰ ਨਹੀਂ ਪਤਾ ਸੁਣਨੇ ਵਾਲੀ ਹੈ ਸਲਵਾਰਾਂ ਪਈਆਂ ਨੇ ਨੀਆਂ ਡਾਈ ਕਰਾਉਣ ਵਾਲੀਆਂ ਗੁਰਮੀਤ ਕੌਰ ਦੇ ਸਿਰ ਤੇ ਬਹੁਤ ਜ਼ਿਆਦਾ ਵਜਨ ਹੈ ਕੰਮ ਦਾ ਆਇਕੋ ਆ ਕੰਬੀਨੇਸ਼ਨ ਕਹਿੰਦੀ ਜਾਗੋ ਦੇ ਸੋਹਣਾ ਤਾਂ ਲੱਗਦਾ ਤੋਂ ਮਾਰੀ ਦੀ ਪ੍ਰਾਤਾ ਕਾਲਾ ਫਰੋਜੀ ਨਾਲ ਔਰੇਂਜ ਜ਼ਿਆਦਾ ਸੋਹਣਾ ਲੱਗਦਾ ਨਾ ਮੈਂ ਤਾਂ ਸੁਣ ਲੱਗ ਰਹੀ ਹੈ ਬਾਕੀ ਇਹ ਜੰਮੀ ਆ ਕੁੜੀ ਕੋਮਲ ਵਰਗੀ ਕਾਹਤੋਂ ਲੱਗਦੀ ਮੈਨੂੰ ਪਤਾ ਨਹੀਂ ਨੇ ਉਹ ਵੀ ਹਲਦੀ ਵਾਲਾ ਕਲਰ ਵੀ ਯੈਲੋ ਸੇਮ ਹੀ ਹੋ ਜਾਊਗਾ ਮੈਂ ਤਾਂ ਹੀ ਲਾ ਲਾਂਗੀ मनवीर कहने सानू कोई ब्याह नहीं आता हूँ की करिए मनवीर ने बनाने ने सूट रोज बेचारी कह दी मामा मैं हल्दी तो यहोजा बनाना है मेहंदी तो यहोजा बनाना है जागो तो यहोजा बनाना है ब्याह वाले दिन यहोजा पाना है इनू भी ब्याह नहीं आता हूँ की करिए दसो बेचारी ये दिल का दुखड़ा बहुत ज्यादा गा सुनया नहीं आता इन्ने सोहने कर लेंगे सूट तैयार कही योग एम बना एम बना वर्क करन कही योग मेरा सूट एम बना दो बेचारी ब्याह कोई इन आता नहीं पाने वास्ते घर यह टी शर्ट लोअर पाँदी है मलाई चाह तो तीन बारी मलाई आ गई सच्ची कि मलाई आ गई मैं पहला साइड करती दोबारा फिर आ गई फिर मैं साइड करती तीजी बार फिर आ गई यू नो ए की हो गया आई ड्राइड ने रख लिया मासी ये समझाना आपकी कुड़ी नो तू काम कर जले बकवास करी जान दे बेलड़ा है आगे दे कपड़े देने पैसा कितों आऊगा कमावानो चिल लाइफ भी फेर ही होगी जे कोई अपने कोई इनकम दा सोर्स होगा कोई कमावांगे जे कोई आमदन दा साधन ही लाइफ चिल का देना करा ਚਿੱਲੇ ਜ਼ਿੰਦਗੀ ਆ ਸਾਡੀ ਚਿੱਲੇ ਜ਼ਿੰਦਗੀ ਆ ਮੈਂ ਅੱਜ ਸੋਚਿਆ ਸੀ ਮੈਂ ਬਹੁਤ ਸਾਰੇ ਕੰਮ ਕਰਨੇ ਨੇ ਮਨਵੀਰ ਨੇ ਨਾ ਸਾਰੇ ਜਿਹੜੇ ਵਾਸਤੇ ਸਾਰੇ ਬਾਹਰ ਕੱਢ ਕੇ ਰੱਖ ਦੇ ਨਾਲੇ ਉਹਨੂੰ ਹੁਣ ਤੋ ਤੂੰ ਕਿਤੇ ਰੱਖ ਲੈ ਅੰਦਰ ਪਤਾ ਨਹੀਂ ਕੀ ਗੱਲ ਹੋ ਗਈ ਅੱਗੇ ਨਾ ਮੈਂ ਉਮਰੀ ਕਾਫੀ ਮੁੱਕੀ ਪਈ ਕਈ ਦਿਨਾਂ ਦੀ ਮੈਂ ਰੋਟੀ ਖਾਣ ਤੋਂ ਬਾਅਦ ਕਾਫੀ ਪੀਣਾ ਠੀਕ ਆ ਨਹੀਂ ਮੈਨੂੰ ਅੱਜ ਨਾ ਮੈਂ ਵੀਡੀਓ ਐਡੀਟਿੰਗ ਵਾਲਾ ਇੰਨੀ ਨੀਂਦ ਆਈ ਮੇਰੇ ਹੱਥ ਤਿੰਨ ਵਾਰੀ ਮੋਬਾਈਲ ਟੁੱਟ ਗਿਆ ਅੱਧੇ ਤੋਂ ਜ਼ਿਆਦਾ ਵੀਡੀਓ ਮੈਨੂੰ ਸੁੱਤੀ ਨੇ ਬਸ ਮੈਨੂੰ ਗੱਲਾਂ ਸੁਣੀ ਜਾਂਦੇ ਜਦੋਂ ਮੈਂ ਕਹਿੰਦੀ ਕੀ ਆ ਉਹ ਸਕਰੀਨ ਦੇਖ ਕੇ ਬਣਾਈ ਵੀਡੀਓ ਐਡੀਟਿੰਗ ਕਰਤੀ ਅੱਜ ਪਹਿਲਾਂ ਤੁਹਾਡੀ ਕਾਫੀ ਲਿਆਓ ਹੋਰ ਅੜੀ ਸਰਦਾ ਨਹੀਂ ਹੈਗਾ ਮੈਨੂੰ ਤਾਂ ਜੇ ਵੀ ਨਹੀਂ ਚੱਲਦਾ ਚੰਦਰੀ ਆਦ ਦੇ ਨਾਲ ਲੱਗ ਗਈ ਉਹ ਛੁੱਟਦੀ ਨਹੀਂ ਹੈਗੀ ਤੁਸੀਂ ਕਿ ਜਦੋਂ ਦੁੱਧ ਪਾਉਣਾ ਸੀ ਮੈਂ ਤਾਂ ਫਿਰ ਜੱਗ ਜੀ ਪਾ ਜੱਗ ਜੀ ਲੱਸੀ ਗਾ ਦੇ ਕਰਾਂਗੇ ਆਥਣੇ ਕੱਚਾ ਦੁੱਧ ਆਪਾਂ ਚਾਹ ਤੇ ਜ਼ਿੰਮੇਵਾਰੀ ਹੈ ਹੁਣ ਤੇਰੀ ਜ਼ਿੰਮੇਵਾਰੀ ਹੈ ਦੂ ਬਾਅਦ ਤੂੰ ਜੱਗ ਚੋਂ ਦੁੱਧ ਨਹੀਂ ਸੱਚ ਇਹਦੀ ਅੱਜ ਦੱਸੀ ਫੜ ਲਈ ਕਿ ਪੁੱਠਾ ਕੰਮ ਕਰ ਕੀ ਹਾਂ ਇਹ ਕੱਲ ਮੈਨੂੰ ਆ ਦੱਸ ਯੂਐਸਏ ਵਾਲਾਂ ਦਾ ਪਾਰਸਲ ਤਾਂ ਭੇਜਿਆ ਸੀ ਹੁਣ ਜੱਸੀ ਦੀ ਸ਼ਿਕਾਇਤ ਤੁਸੀਂ ਦੱਸੋ ਕਿਹਦੀ ਗਲਤੀ ਆ ਯੂਐਸਏ ਵਾਲਾਂ ਦਾ ਪਾਰਸਲ ਕੱਲ ਤੇਰੇ ਸਾਹਮਣੇ ਮੈਂ ਵਜਨ ਕਰਾਇਆ ਪੱਗਾਂ ਲਾ ਕੇ ਹਾਂ ਪੱਗਾਂ ਭੁੱਲ ਗਿਆ ਨਾ ਪੱਲੀ ਉਹ ਲੱਗ ਗਿਆ ਨਾ ਮੈਨੂੰ ਆ ਦੱਸ ਪੱਗਾਂ ਤੇ ਜ਼ਿਆਦਾ ਆ ਗਿਆ ਮੇਰੇ ਸੱਚੀ ਲੈ
ਉਹ ਤਾਂ ਭੈਣੇ ਸਾਰਾ ਪਾਰਸਲ ਪੈਕ ਕਰ ਜੋ ਸਾਰਾ ਉਹ ਕਰਦਾ ਤਾਂ ਮਨਵੀਰ ਦੀ ਨਿਗਾਹ ਪੈ ਗਈ ਕਹਿੰਦੀ ਪੱਗਾਂ ਦਾ ਪਈਆਂ ਨੇ ਫਿਰ ਉਹਨੂੰ ਫੋਨ ਕਰਿਆ ਉਹ ਕਹਿੰਦਾ ਜੇ ਗੱਡੀ ਆਉਣ ਦੇ ਵਿੱਚ ਤਾਂ ਸਿਰਫ 8 ਮਿੰਟ ਬਾਕੀ ਨੇ ਵੀ 8 ਮਿੰਟਾਂ ਨੂੰ ਗੱਡੀ ਆਈ ਇਹਨੂੰ ਕਿਹਾ ਵੀ ਭਾਈ ਛੇਤੀ ਛੇਤੀ ਪੇਟੀ ਉਧੇੜ ਦੇ ਤੁਸੀਂ ਜਿਹੜੇ ਕੋ ਪੱਗਾਂ ਲਾ ਕੇ ਆਇਆ ਮਾਸਟਰ ਤੋਂ ਇੰਨੀਆਂ ਗਾਲਾਂ ਛਿੱਤਰ ਪਏ ਸਾਡੇ ਮੈਂ ਕਿਹਾ ਜੱਸੀ ਆਪ ਪੁੱਠਾ ਕੰਮ ਕਰ ਜਿੰਨੇ ਗਾਲਾਂ ਸਾਡੇ ਪੈ ਜਾਂਦੀਆਂ ਨੇ ਜਦੋਂ ਤੈਨੂੰ ਐ ਕਹੀ ਤਾਂ ਵਿਆਹ ਸੂਟ ਨੇ ਉਹ ਹੋ ਗਏ ਨਾ ਮੈਂ ਭੁੱਲ ਗਈ ਪੱਗਾਂ ਮੈਂ ਸੂਟ ਪਾ ਕੇ ਉਹਦੀ ਧਰੇ ਬਾਰੇ ਮੈਂ ਜਾਣ ਕੇ ਕੱਲੇ ਸੂਟ ਧਰ ਤੇ ਪੱਗਾਂ ਉਰੇ ਰਹਿ ਗਈਆਂ ਕੱਲ ਪਾਰਸਲ ਲਾਉਣ ਮੈਂ ਨਾ ਗਈ ਜੀ ਮਾਸਟਰ ਨੂੰ ਮੈਂ ਵਟਸਐਪ ਤੇ ਇਹਨਾਂ ਦਾ ਐਡਰੈਸ ਸੈਂਡ ਕਰਤਾ ਮੈਂ ਕਿਹਾ ਚਲੋ ਮੈਂ ਉਹਨਾਂ ਟਾਈਮ ਦੇ ਵਿੱਚ ਮੈਂ ਥੋੜਾ ਮਟ ਮੈਂ ਸਲਵਾਰਾਂ ਦਾ ਫੈਬਰਿਕ ਵਗੈਰਾ ਦੇਖਣਾ ਸੀ ਮੈਂ ਉਹ ਦੇਖਣ ਵਾਗੀ ਤੇ ਲੋਨਾਂ ਲੂਨਾਂ ਦੀਆਂ ਦੇਖਣੀਆਂ ਸੀ ਲਾਈਨਿੰਗ ਵਾਸਤੇ ਕੱਪੜਾ ਤੇ ਮਾਸਟਰ ਜੀ ਨੂੰ ਕਿਹਾ ਤੁਸੀਂ ਪਾਰਸਲ ਲਾਇਆ ਹੋ ਕੋਈ ਗੱਲ ਨਹੀਂ ਦੋ ਹੀ ਪਾਰਸਲ ਨੇ ਤੁਸੀਂ ਲਾਇਆ ਹੋ ਅੱਜ ਮੈਨੂੰ ਕੋਈ ਕੰਮ ਹੈ ਨਹੀਂ ਕਰਨਾ ਖਾਸ ਐਡਰੈਸ ਮੈਂ ਸੈਂਡ ਕਰਤਾ ਜੇ ਮੈਂ ਉੱਥੇ ਹੁੰਦੀ ਫਿਰ ਤਾਂ ਮੈਂ ਗਿਣਤੀ ਕਰ ਲੈਂਦੀ ਵੀ ਪੱਗਾਂ ਨਹੀਂ ਆਈਆਂ ਜਦੋਂ ਸਾਰਾ ਕੁਛ ਹੋ ਗਿਆ ਜੀ ਸੂਟ ਪੈਕ ਹੋ ਗਏ ਗੱਡੀ ਆਉਣ 'ਚ 5-4 ਮਿੰਟ ਰਹਿੰਦੇ ਸੀ ਜਦੋਂ ਇਹ ਮਨਵੀਰ ਕਹਿੰਦੇ ਪੱਗਾਂ ਤਾਂ ਪਈਆਂ ਨੇ ਜਦੋਂ ਉਹਨਾਂ ਨੂੰ ਫੋਨ ਕਰਿਆ ਉਹ ਕਹਿੰਦੇ ਜੀ ਹੁਣ ਤਾਂ ਗੱਡੀ ਆਉਣ 'ਚ 5 ਮਿੰਟ ਰਹਿੰਦੇ ਨੇ ਵੀ ਸੂਟ ਤੁਹਾਡਾ ਸਾਰਾ ਪੈਕ ਹੋ ਗਿਆ ਵਜਨ ਕਰਤਾ ਸਭ ਕੁਛ ਹੋ ਗਿਆ ਉਹਦਾ ਤਾਂ ਮਾਸਟਰ ਜੀ ਕਹਿੰਦੇ ਤੁਸੀਂ ਅਗਲੇ ਉਹ 'ਚ ਭੇਜ ਦਿਓ ਮੈਂ ਕਿਹਾ ਭਾਈ ਅਗਲੇ ਦੇ ਵਿਆਹ ਵੀ ਹੈ ਨਾ ਅਸੀਂ ਕਿਉਂ ਭੇਜੀ ਆਏ ਉਹ ਕਹਿੰਦੇ ਕਿ ਜੀ 5 ਮਿੰਟਾਂ 'ਚ ਆ ਸਕਦੇ ਹੋ ਆ ਜਾਓ ਇੰਨਾ ਮੋਟਰਸਾਈਕਲ ਮਾਸਟਰ ਜੀ ਨੇ ਡੱਕਰਿਆ ਤਾਂ 5 ਮਿੰਟਾਂ 'ਚ ਉੱਥੇ ਉਹ ਪੱਗਾਂ ਫੜਾ ਕੇ ਆਈ ਜਾਂਦੇ ਨੂੰ ਗਾਹਾਂ ਗੱਡੀ ਖੜੀ ਚਾਚੇ ਦੇ ਘਰ ਦੇ ਡੱਕਰੇ ਸਾਡੇ ਗਾਲਾਂ ਛਿੱਤਰ ਗਾਲਾਂ ਸਾਡੇ ਪੈ ਗਈਆਂ ਇਹ ਡੂੜੂ ਵਿੱਚ ਧਰਦੇ ਨਾ ਫੁੱਲ ਲੱਗੀਆਂ ਦਿਮਾਗ ਤੇ ਤੁਸੀਂ ਆਰਦੇ ਪੁੱਠੇ ਕੰਮ ਕਰਦੇ ਹੋ ਤੁਹਾਡੀ ਸੁਰਤੀ ਦੀ ਕੰਮ ਕਰਨ 'ਚ ਫਿਰ ਆ ਇਹ ਗਾਲਾਂ ਪਵਾ ਦੇ ਜੱਸੀ ਨੇ ਗਾਲਾਂ ਪਵਾਈਆਂ ਨੇ ਕੱਲ ਬਿਨਾਂ ਮਤਲਬ ਤੋਂ ਨਾ ਹੁਣ ਪੱਗਾਂ ਦੇ ਮਿੰਟ ਚ ਕਿਵੇਂ ਜ਼ਿਆਦਾ ਆ ਗਈਆਂ ਆ ਤੂੰ ਨਾਲ ਇੱਥੇ ਪੱਗ ਤੋਂ ਉਦੋਂ ਜ਼ਿਆਦਾ ਆ ਗਈਆਂ ਮੈਂ ਸੱਚੀ ਲੱਭੁ ਲੱਗੀ ਜਦੋਂ ਇਹ ਗੱਲ ਦੀ ਤੂੰ ਗੌਰ ਰੱਖਿਆ ਕਰਦੀ ਆ ਮੇਰੇ ਕਿੰਨੇ ਸੂਟ ਕਿੰਨਾ ਵਜਨ ਕਰਾਇਆ ਸਾਰਾ ਕੁਝ ਬਾਹਰ ਉੱਥੇ ਉਹਨਾਂ ਜਾਣਾ ਚਾਹੀਦਾ ਤੇ ਸੱਚ ਡੈਡੀ ਆਪਣੀ ਕਹਿੰਦੀ ਦਾ ਸੂਟ ਰੱਖ ਕੇ ਭੁੱਲਿਆ ਨੇ ਕੱਲ ਡੈਡੀ ਬਟੂਆ ਹਾਂ ਮਾਸਟਰ ਦਾ ਬਟੂਆ ਗਮਾ ਦੇ ਗਿਆ ਹਾਏ ਹਾਏ ਸਾਰਾ ਘਰ ਪੱਤ ਪੱਤ ਕਰਤਾ ਹੈ ਨਹੀਂ ਯਾਦ ਵੀ ਨਹੀਂ ਰਹਿੰਦਾ ਕੰਮਾਂ 'ਚ ਕਾਰੋ ਉਹ ਬਟੂਆ ਕਰਕੇ ਭੁੱਲ ਗਈ ਸੀ ਉਹ ਹੋਰ ਕੀ मैं ਦੂਜੇ ਦਿਨ ਮੈਨੂੰ ਉਹ ਵਿੰਡੋ 'ਚ ਇੱਕ ਸਾਂਪ ਮਿਲੀ ਇੱਕ ਤਾਂ ਗੁੰਮ ਹੋ ਗਈ ਥਿਆਈ ਹੋਈ ਨਹੀਂ ਅਤੇ ਜਿਹੜੀ ਉਹ ਹੱਥਾਂ 'ਚ ਵਾਲੀ ਤੇ ਉਹ ਥਿਆਈ ਨਹੀਂ ਮੈਨੂੰ ਮੈਂ ਨਗਾਂ ਵਾਲੀ ਅੰਦਰ ਲੈ ਗਈ ਚੱਕ ਕੇ ਨਗਾਂ ਵਾਲੀ ਮੈਂ ਇੱਕ ਅੱਧਾ ਦਿਨ ਹੀ ਪਾਈ ਹੁਣ ਮੁੜ ਕੇ ਮੈਨੂੰ ਉਹ ਵੀ ਨਹੀਂ ਥਿਆਉਂਦੀ ਮੈਂ ਤਾਂ ਹੱਥਾਂ ਨਹੀਂ ਵਧੀਆ ਲੱਗੀ ਸੀ ਨਾਲੇ ਦਿੱਤੀ ਨਹੀਂ ਕੀ ਉਹ ਫਿਰ ਕਹਿ ਰਹੀ ਨਾ ਸੋਨਾ ਇੱਕ ਤਾਂ ਉਹ ਸੋਨਾ ਮਹਿੰਗਾ ਡਰਦੇ ਕਰਾਉਂਦੇ ਨਹੀਂ ਵੀ ਉਹ ਕੋਈ ਲੁੱਟ ਖੋ ਕਰ ਲੂਗਾ ਜਿਹੜੀ ਕੋਈ ਆਰਟੀਫੀਸ਼ਲ ਹੁੰਦੀ ਆ ਉਹ ਐ ਧਰ ਕੇ ਭੁੱਲ ਜਾਂਦੇ ਗਵਾ ਤੇ ਜਾਂਦੇ ਦੋਹੇ ਸੰਪਾਂ ਗਵਾ ਚੀਆਂ ਨੇ 250 ਰੁਪਈਆ ਲਾਇਆ ਇੰਨੀਆਂ ਸੋਹਣੀਆਂ ਦੀ ਮੈਨੂੰ ਇੰਨੇ ਪਸੰਦ ਕਰਕੇ ਲਈ ਸੀ ਪਤਾ ਨਹੀਂ ਕਿਹੋ ਜਿਹੇ ਦਿਮਾਗ ਹੋ ਗਏ ਚੀਜ਼ ਧਰ ਕੇ ਭੁੱਲ ਜਾਂਦੇ ਉਹਦੇ ਮੈਂ ਜਿੰਦਾ ਲਾ ਕੇ ਮੈਂ ਕਹਿੰਦੀ ਚਾਬੀ ਵੀ ਚਾਬੀ ਕਿੱਥੇ ਰੱਖੀ ਹੈ ਕਹੀਆਂ ਜਿੰਦਾ ਕੋਲ ਮੇਰੇ ਯਾਦ ਨਾ ਵੀ ਮੈਂ ਚਾਬੀ ਕਿੱਥੇ ਰੱਖੀ ਹੈ ਬਸ ਮੇਰੇ ਮੈਂ ਸੋਚੀ ਜਾਵਾਂ ਵੀ ਮੈਂ ਚਾਬੀ ਐ ਰੱਖੀ ਆ ਵੀ ਉੱਚਾ ਹੱਥ ਕਰਕੇ ਰੱਖੀ ਹੈ ਮੇਰਾ ਇੰਨਾ ਕੁ ਯਾਦ ਸੀ ਦਿਮਾਗ ਸਭ ਤੋਂ ਹੀ ਇਹ ਜਾਂ ਵੀ ਮੈਂ ਉੱਥੇ ਚਾਬੀ ਰੱਖਿਆ ਜਿੱਥੇ ਮੇਰਾ ਹੱਥ ਉੱਚਾ ਜਾਂਦਾ ਸੀ ਫਿਰ ਮੈਂ ਭਈ ਸਾਰੇ ਮੈਂ ਬਰਾਂਡੇ 'ਚ ਖੜ ਕੇ ਦੇਖੀ ਗਈ ਵੀ ਮੇਰਾ ਉੱਚਾ ਹੱਥ ਕਿੱਥੇ ਜਾਂਦਾ ਹੋਊ ਕਿੱਥੇ ਜਾਂਦਾ ਹੋਊ ਫਿਰ ਮੈਂ ਬਾਹਰ ਨਿਕਲ ਗਈ ਫਿਰ ਮੈਂ ਬਾਹਰ ਜਾ ਕੇ ਵੀ ਸੋਚੀ ਗਈ ਫਿਰ ਮੇਰੇ ਯਾਦ ਆਇਆ ਮੈਂ ਇੱਥੇ ਚਾਬੀ ਰੱਖੀ ਸੀ ਇੱਥੇ ਉੱਚਾ ਹੱਥ ਜਾਂਦਾ ਬਾਬਾ ਟੈਂ ਕਈ ਵਾਰ ਆਏ ਹੁੰਦਾ ਹਨਾ ਚੀਜ਼ ਲੈਣ ਜਾਂਦੇ ਹੁੰਦੇ ਆ ਹੋਰ ਉੱਥੇ ਜਾ ਕੇ ਭੁੱਲ ਜਾਂਦੇ ਵੀ ਕੀ ਲੈਣ ਆਏ ਸੀ ਵੀ ਕੀ ਲੈਣ ਆਏ ਸੀ ਇਹਨਾਂ ਦਾ ਤੇਰਾ ਯਾਦਾਸ਼ਤ ਇੰਨੀ ਕਮਜ਼ੋਰ ਹੋਣੀ ਨਹੀਂ ਚਾਹੀਦੀ ਹਨਾ ਚਲੋ ਆਪਾਂ 50 ਸਾਲ ਤੋਂ ਬਾਅਦ 55 ਸਾਲ ਤੋਂ ਬਾਅਦ ਕਹਿੰਦੇ ਆਪਾਂ ਯਾਦਾਸ਼ਤ ਕਮਜ਼ੋਰ ਹੋ ਗਈ ਪਰ ਇੰਨੀ ਛੋਟੀ ਉਮਰ 'ਚ ਯਾਦਾਸ਼ਤ ਕਮਜ਼ੋਰ ਹੋਣਾ ਗਲਤ ਗੱਲ ਹੈ ਤਾਂ ਪਤਾ ਨਹੀਂ ਤਾਂ ਆਪਣੇ ਖਾਣ ਪੀਣ ਨਹੀਂ ਵਧੀਆ ਪਤਾ ਨਹੀਂ ਲਾਈਫ ਦੇ ਵਿੱਚ ਆਪਾਂ ਟੈਨਸ਼ਨਾਂ ਇੰਨੀਆਂ ਵਧਾ ਲਈਆਂ ਵੀ ਆਪਣੀ ਯਾਦਾਸ਼ਤੀ ਨਹੀਂ ਤੇਜ਼ ਹੈਗੀ ਹੁਣ ਮੇਰੀ ਯਾਦਾਸ਼ਤ ਇਹ ਤੇਜ਼ ਸੀ ਵੀ ਮੈਂ ਉਹ ਘਿਓ ਪੁਣ ਕੇ ਆਉਣਾ ਡੱਬੇ 'ਚ ਮੈਂ 3 ਵਾਰੀ ਭੁੱਲ ਗਈ ਇੱਕ ਮੈਂ ਅੱਜ ਮਧਾਣੀ ਲਾਉਣੀ ਆ ਉਹ ਮੈਨੂੰ ਯਾਦ ਕਰਾ ਦਿੰਦੀ ਉਹ ਵੀ ਲਾਉਣੇ ਮਧਾਣੀ ਅੱਜ ਵੀ 2 ਵਾਰ ਲਾਉਣੀ ਪਊਗੀ ਮੈਂ ਉਹ ਕਰੀਮ ਵਾਲੀ ਇਕੱਠੀ ਹੋ ਗਈ 2 ਵਾਰੀ ਲਾਉਣੀ ਉਹ ਤਾਂ ਮੈਂ ਨਾਲ ਤੇ ਭੱਜ ਨਾ ਆ ਹੁਣ ਨਹੀਂ ਮੈਂ ਨਾਉਂਦੀ ਹਾਂ ਮੈਂ ਮਠਾਰ ਕੇ ਨਾ ਮੈਂ ਚਾਹ ਪੀ ਲਈ ਚਾਹ ਨਾ ਕੀ ਹੋ ਜਾਂਦਾ ਫਿਰ ਚਾਹ ਪੀਣ ਸਾਰ ਨਹੀਂ ਆਉਂਦੀ ਚਾਹ ਅੰਦਰ ਗਰਮੀ ਕਰ ਦੇ ਜੇ ਆਪਾਂ ਠੰਡਾ ਪਾਣੀ ਪਾ ਲੈਣੇ ਸਰੀਰ 'ਚ ਨੁਕਸ ਪੈ ਜਾਂਦਾ ਅੱਛਾ ਗਰਮੀ ਕਰਦੀ ਜੇ ਅੰਦਰ ਜਾ ਕੇ ਚਾਹ ਆਪਣੇ ਸਰੀਰ 'ਚ ਕਿਹੜਾ ਗਰਮੀ ਨਹੀਂ ਹੋਈ ਚਾਹ ਪੀ ਕੇ ਫਿਰ ਉਹ ਠੰਡੇ ਜਲਦੀ ਨਹੀਂ ਨਹਾਉਣਾ ਚਾਹੀਦਾ 2 ਘੰਟੇ ਬਾਅਦ ਫਿਰ ਐਂ ਪਰ ਕੱਟੜੇ ਬਿੱਲ ਲਾ ਲਓ ਬਿੱਲ ਲਵਾਉਣਾ ਸੀ ਮੈਂ ਮੈਸੇਜ ਰਿਪਲਾਈ ਕਰ ਦਿਆਂ ਮੇਰਾ ਬਥੇਰਾ ਕੰਮ ਪਿਆ ਕਰਨ ਵਾਲਾ ਚਲੋ ਜੀ ਮੈਂ ਮੈਸੇਜ ਰਿਪਲਾਈ ਕਰ ਲਾਂ ਜਾਂ ਫੇਰ ਲਾ ਮੇਰੀ ਮੰਮੀ ਮੇਰੀ ਮੰਮੀ ਬੈਠ ਗਈ ਅੱਜ ਆ ਕੇ ਇੱਕ ਸਾਡੇ ਇਧਰੋਂ ਗਵੰਡੀ ਨੇ ਜਿਹੜੇ ਗਵੰਡੀ ਕੀ ਮੇਰੀ ਦਰਾਣੀ ਹੋਈ ਹੈ ਤੇ ਉਹਨਾਂ ਦੀ ਮੰਮੀ ਉਹਨਾਂ ਨੂੰ ਸੂਟ ਦੇਣ ਲੱਗ ਪਈ ਮੇਰੀ ਮੰਮੀ ਆ ਕੇ ਬੈਠ ਗਈ ਕਾਫੀ ਜ਼ਿਆਦਾ ਗੱਲਾਂ ਬਾਤਾਂ ਕਰੀਆਂ ਮੈਨੂੰ ਲੱਗਦਾ ਸਾਨੂੰ ਘੰਟਾ ਹੀ ਲੱਗ ਗਿਆ ਅੱਧਾ ਘੰਟਾ ਕਿਹੜਾ ਪੌਣਾ ਘੰਟੇ ਤੋਂ ਲੈ ਕੇ 1 ਘੰਟੇ ਤੱਕ ਸਾਨੂੰ ਲੱਗ ਗਿਆ ਗੱਲਾਂ ਬਾਤਾਂ ਕਰਦਿਆਂ ਨੂੰ ਫਿਰ ਉਹ ਮੇਰਾ ਕੰਮ ਵਾਲਾ ਟਾਈਮ ਲੰਘ ਗਿਆ ਨਾਲੇ ਤਾਂ ਸਾਰਾ ਇਸ ਕਰਕੇ
ਅਸੀਂ ਬਿਜ਼ਨਸ ਵੂਮੈਨ ਆ ਹੁਣ ਮੈਂ ਬਿਜ਼ਨਸ ਵੂਮੈਨ ਨੂੰ ਹੁਣ ਪਤਾ ਵੀ ਟਾਈਮ ਘੱਟ ਲੱਗਦਾ ਹੈ ਚਲੋ ਠੀਕ ਆ ਜੀ ਆਪਾਂ ਠਹਿਰ ਕੇ ਮਿਲਦਾ ਮੈਂ ਮੈਸੇਜ ਰਿਪਲਾਈ ਕਰਦਾ ਭੈਣਾਂ ਬੋਲੀ ਜਾਂਦੀਆਂ ਨੇ ਮੈਸੇਜ ਨਹੀਂ ਰਿਪਲਾਈ ਕਰੇ ਜੇ ਮਨਵੀਰ ਮੈਨੂੰ ਕਸਟਮਰ ਵਾਲਾ ਮੋਬਾਈਲ ਲਿਆ ਕੇ ਦੇ ਭੱਜ ਕੇ ਜਾ ਭੈਣ ਤੂੰ ਉੱਧਰ ਜਾ ਫਿਰ ਮੇਰੇ ਤੋਂ ਝਾੜੂ ਨਾ ਸਾਡੀਆਂ ਰੀਲਾਂ ਬਣਾ ਦਿਆ ਕਰ ਲੋਕਾਂ ਦੀਆਂ ਹਜੇ ਵੇਲੇ ਲਾਈਟਾਂ ਬੰਦ ਹੁੰਦੀਆਂ ਆਪਣੇ ਲੱਗੀਆਂ ਨੇ ਟਾਈਮ ਪਤਾ ਕੀ ਹੋ ਗਿਆ 8 ਵਜੇ ਨਾਲ ਹੀ ਦੇ ਅਸੀਂ ਹੁਣ ਰੋਟੀ ਬਣਾਉਣੀ ਹੋ ਯਾਰ ਬਹੁਤ ਯਾਰ ਜ਼ਿਆਦਾ ਲੇਟ ਹੋ ਗਿਆ ਮੰਮੀ ਨੂੰ ਤਾਂ ਪਾਣੀ ਦੇ ਪਿਆਸ ਲੱਗੀ ਮੈਂ ਠੰਡੇ ਦੀ ਗੁੱਲੀ ਨੂੰ ਬੋਲ ਮਾਰ ਦੂੰ ਇੱਕ ਗਲਾਸ ਪਾਣੀ ਦੇ ਦੇ ਮੰਮੀ ਵੀ ਰਾਤ ਤੋਂ ਆਇਆ ਵਿਚਾਰੀ ਮਨਵੀਰ ਵੀ ਬੀਜੀ ਸੀ ਅੱਜ ਦੋ ਵਾਰ ਤੇ ਬੁਲਾਏ ਸੀ ਇਕੱਠੇ ਇੱਕ ਵਾਰ ਕਰਨਾ ਆਉਂਦਾ ਜਦੋਂ ਉੱਤੇ ਵੀ ਕੋਈ ਕੰਮ ਹੁੰਦਾ ਜਦੋਂ ਦੋ ਆ ਜਾਣ ਉੱਤੇ ਵੀ ਹੁੰਦਾ ਮੈਂ ਆਉਂਦਾ ਵੀ ਦੋ ਇਕੱਠੇ ਬੁਲਾਏ ਬਰਾਂਗੇ ਨਾ ਆ ਰਹੀ ਜੀ ਹੈਂਡ ਵਾਲਾ ਦੋ ਵਾਰ ਕਰਾਈ ਸੀ ਅੱਜ ਫਿਰ ਜੀ ਉਹਨਾਂ ਨੂੰ ਕੱਪੜਾ ਲੈ ਜਾ ਸਮਝਾਉਣਾ ਲੈਣਾ ਕਾਫੀ ਕੰਮ ਹੋ ਜਾਂਦਾ ਟੇਲਰ ਨੂੰ ਕੰਮ ਸਮਝਾ ਕੇ ਆਏ ਅਸੀਂ ਟੇਲਰ ਕੋਲੇ ਜਾ ਕੇ ਪਤਾ ਲੱਗਿਆ ਪਤਾ ਨਹੀਂ ਕੀ ਦਿਮਾਗ ਨੂੰ ਹੋਇਆ ਪਿਆ ਮੈਂ ਤਾਂ ਪੈਂਦੀ ਜਾਂ ਦਸ ਕਮਜ਼ੋਰ ਹੋ ਗਈ ਪਹਿਲਾਂ ਵੀ ਤੁਹਾਡੇ ਨਾਲ ਇਹ ਗੱਲ ਕਰਦੀ ਹੁੰਦੀ ਆ ਤੇ ਜਿੱਥੇ ਅਸੀਂ ਦੁਕਾਨ ਤੇ ਖੜੇ ਜੀ ਜਿਹੜੇ ਸੂਟ ਸੀਗੇ ਜਿਹੜੇ ਟੇਲਰ ਨੂੰ ਦੇਣੇ ਸੀ ਉਹ ਲਫਾਫ ਦੁਕਾਨ ਤੇ ਜਦੋਂ ਉੱਥੇ ਜਾ ਕੇ ਦੇਖਿਆ ਵੀ ਉਹ ਕੱਢਣੇ ਨਹੀਂ ਹਨਾ ਸੂਟਾਂ ਦਾ ਨਾਪ ਮੈਂ ਸਮਝਾ ਦਿੱਤਾ ਟੇਲਰ ਨੂੰ ਉੱਥੇ ਲਫਾਫਾ ਨਾ ਪਿਆ ਵੀ ਸੂਟਾਂ ਮੈਂ ਫਿਰ ਮਾਸਟਰ ਜੀ ਲੈ ਕੇ ਗਏ ਲਫਾਫਾ ਲੈ ਕੇ ਆਏ ਨੇ ਗਾਲਾਂ ਦਿੱਤੀਆਂ ਕੱਲ੍ਹ ਹੀ ਨਹੀਂ ਗਾਲਾਂ ਪਈਆਂ ਪਤਾ ਨਹੀਂ ਹੋ ਗਏ ਦੋ ਤਿੰਨ ਦਿਨ ਹੋ ਗਏ ਗਾਲਾਂ ਹੀ ਪਈ ਜਾਂਦੀਆਂ ਕਿੱਧਰ ਧਿਆਨ ਰਹਿੰਦਾ ਪਤਾ ਨਹੀਂ ਤੁਸੀਂ ਕਹਿੰਦੇ ਥੋੜ੍ਹੀ ਸੁਸਤੀ ਨਹੀਂ ਹੈਗੀ ਕਿਸੇ ਕੰਮ 'ਚ ਬਾਹਲੇ ਪਾਸੇ ਧਿਆਨ ਵੰਡਿਆ ਗਿਆ ਅਸੀਂ ਵਧੀਆ ਜੋਬ ਵਾਲਾ ਪਾਸੇ ਜਿਹੜਾ ਧਿਆਨ ਹਟ ਗਿਆ ਨਹੀਂ ਉੱਧਰ ਧਿਆਨ ਰਹਿੰਦਾ 24 ਘੰਟੇ ਦਿਮਾਗ ਹੀ ਘੁੰਮਦਾ ਰਹਿੰਦਾ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਸਬਜ਼ੀ ਉੱਧਰ ਹੈ ਇੱਧਰ ਇੱਧਰ ਪਹਿਲੇ ਸਮਾਂ 'ਚ ਬਲੌਗ ਸ਼ੂਟ ਕਰਨ ਦਾ ਟਾਈਮ ਨਹੀਂ ਲੱਗਿਆ ਅੱਜ ਆਪਾਂ ਬਣਾਏ ਨੇ ਕਾਬਲੀ ਛੋਲੇ ਕਿਉਂਕਿ ਜੀ ਵਰਤ ਕਰਾਉਂਦੇ ਨੇ ਫਿਰ ਉਹਨਾਂ ਦੀ ਰੋਟੀ ਹੁੰਦੀ ਹੈ ਦੁਪਹਿਰੇ ਹੈ ਨਾ ਸਵੇਰੇ ਤਾਂ ਉਹ ਖਾ ਕੇ ਆਉਂਦੇ ਦੁਪਹਿਰ ਦੀ ਰੋਟੀ ਆਪਣੀ ਵਾਲੀ ਹੁੰਦੀ ਹੈ ਮੈਂ ਵੀ ਤੂੰ ਮੈਨੂੰ ਤੱਕ ਗਲਾਸ ਪਾਣੀ ਦਾ ਤਾਂ ਜਾ ਕੇ ਭੱਜ ਕੇ ਜਾ ਕੇ ਮੈਂ ਤਾਂ ਆਪ ਨਹੀਂ ਖਾਣੀ ਆਪਣੇ ਵਾਲਾ ਕੱਢ ਕੇ ਫ੍ਰਿਜ ਰੱਖਤਾ ਬਸ ਬਾਗਿਆਂ ਛੇ ਪੰਜ ਕਦੇ ਲਓ ਜੀ ਰੋਟੀ ਆਪਣੀ ਪੱਕ ਗਈ ਹੈ ਚੱਲਦੇ ਹਾਂ ਆਪਾਂ ਅੰਦਰ ਠੀਕ ਹੈ ਸਬਜ਼ੀ ਦੇ ਗਰਮ ਆਪਾਂ ਫਿਰ ਧਰ ਜਾਵਾਂਗੇ ਬਿੰਦਕ ਨੂੰ ਆ ਕੇ ਮੈਂ ਆਪਣੀ ਘੜੀ ਲੈ ਜਾਂਦੀ ਹਾਂ
ਮੱਛਰ ਤਾਂ ਜਮੀ ਨਹੀਂ ਹੈਗਾ ਸਾਡੀਆਂ ਮੱਝਾਂ ਨੂੰ, ਪਤਾ ਨਹੀਂ ਕੀ ਹੋਇਆ, ਔਖੀਆਂ ਜਿਹੀਆਂ ਹੋਇਆ ਰਹਿਣਗੀਆਂ। ਪਤਾ ਤਾਂ ਇਹੋ ਜਿਹੇ ਵੇਲੇ ਉੱਧਰ ਜਦੋਂ ਸਵੇਰੇ ਦਿਨ ਜਾ ਚੜ੍ਹਦਾ ਹੈ ਨਾ ਉਦੋਂ ਤਾਂ ਹੁੰਦਾ ਮੱਛਰ, ਇੰਨਾ ਦਿਸਦਾ ਨਹੀਂ ਹੈਗਾ। ਮੈਂ ਮੱਛਰਦਾਨੀ 'ਤੇ ਬੈਠਾ ਪਤਾ ਨਹੀਂ ਕਿਉਂ, ਮੈਂ ਅਸੀਂ ਹੁਣ ਕਈ ਦਿਨਾਂ ਦੀ ਛੁੱਟ ਨਹੀਂ ਰਹੇ ਮੱਛਰਦਾਨੀ, ਵੀ ਚੱਲ ਬੈਠ ਜਾਣਗੀਆਂ। ਪਤਾ ਨਹੀਂ ਕੀ ਤਕਲੀਫ ਹੈ, ਤਿੰਨ ਪੱਖੇ ਛੱਡ ਰੱਖੇ ਨੇ ਉੱਪਰ, ਫਿਰ ਵੀ ਪਤਾ ਨਹੀਂ ਕੀ ਤਕਲੀਫ ਹੈ ਇਹਨਾਂ ਨੂੰ। ਬਹਿ ਜਾਓ ਭੈਣੋ, ਬਹਿ ਜਾਓ ਆਰਾਮ ਨਾਲ, ਕੁਛ ਨਹੀਂ ਹੈਗਾ ਤੁਹਾਡੇ ਵਾਸਤੇ, ਕੁਛ ਨਹੀਂ ਲਈ ਮੈਂ ਖਾਣ ਨੂੰ, ਗਰਮੀ ਗਰਮੀ। ਕੱਲ੍ਹ ਕੋਈ ਭੈਣ ਕਹੀ ਤੁਹਾਡੀ ਕੁੰਡੀ ਫੜੀ ਗਈ, ਦੇਖੋ ਸਾਡੀ ਕੁੰਡੀ ਫੜੀ ਜਾਊਗੀ ਕਿਸੇ ਲੋਟ, ਅਸੀਂ ਕੁੰਡੀ ਨਹੀਂ ਲਾਉਂਦੇ ਜੀ। ਪਹਿਲਾਂ ਭਰਿਆ 15,000 ਬਿੱਲ, ਜਿੰਨਾ ਆਉਂਦਾ ਆਜੂਗਾ, ਕੀ ਫਾਇਦਾ, ਕੋਈ ਕਰੰਟ ਲੱਗ ਜੇ ਕੁੰਡੀ ਲਾਉਂਦਿਆਂ ਨੂੰ, ਹੋਰ ਪੰਗਾ ਸੜ ਜੂ ਜਾਣ ਨੂੰ। ਠੀਕ ਹੈ, ਜੇ ਅਸੀਂ ਲਾਉਂਦੇ ਸ਼ੌਕੀਨ ਹੈਗੇ ਤਾਂ ਬਿੱਲ ਭਰਨ ਦੇ ਵੀ ਸ਼ੌਕੀਨ ਬਣੋ, ਚੋਰੀ ਕਰਨੀ ਪਾਪ ਹੈ। ਅਤੇ ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਹੀ ਕਰਦੇ ਹਾਂ, ਠੀਕ ਹੈ ਜੀ। ਕੱਲ੍ਹ ਨੂੰ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ, ਅਤੇ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ, ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਠੀਕ ਹੈ ਜੀ, ਫਿਰ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ ਕੱਲ੍ਹ ਨੂੰ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।